بسم الله الرحمن الرحيم ਲੋਪੜ ਸਾਹਿਬ ਅੱਜ ਆਪਾਂ ਬੈ ਗਏ ਸਿਆਪੇ ਚ ਮਾਨੇ ਕਿਹਾ ਸੀ ਤੁਹਾਨੂੰ ਪੈਟਰੋਲ ਬਹੁਤ ਜ਼ਿਆਦਾ ਮੋਟੀ ਕੀ ਕਰੋ ਗਾਈਸ ਜਿੱਥੇ ਹੀ ਖਿਆਲ ਆ ਜਾਣੀ ਉਹਦੇ ਤੱਕ ਵੀ ਨਹੀਂ ਮੋਟਰਸਾਈਕਲ ਪਹੁੰਚੀ ਇਸ ਟਾਈਮ ਮੌਸਮ ਏਡਾ ਕੁ ਜ਼ਬਰਦਸਤ ਨਾ ਹਵਾਵਾਂ ਚੱਲ ਰਹੀਆਂ ਠੰਡੀਆਂ ਠੰਡੀਆਂ ਸਮਝ ਲਓ ਕਹਿੰਦੇ ਪਏਗਾ 20 30 ਸੈਕਿੰਡ ਬਾਰਿਸ਼ ਆ ਤੋਂ ਤੋਂ ਬਾਅਦ ਸਮਝ ਲਓ ਅੱਜ ਸਾਡੀ ਜਿਹੜੀ ਸ਼ਹਿਰੀ ਹੋਣੀ ਨਾ ਉਹ ਵੀ ਰੋਡ ਤੇ ਹੋਣੀ ਰੋਡ ਸਾਈਡ ਹੀ ਸਟਾਰਟ ਆਪਾਂ ਸਟੈਂਡ ਜਗ੍ਹਾ ਤੇ ਪਹਿਲੇ ਘਰ ਪਹੁੰਚਣਾ ਇਨਸ਼ਾਅੱਲਾ ਤੁਹਾਨੂੰ ਪੰਪ ਵੀ ਦਿਖਾਵਾਂਗੇ ਤੁਸੀਂ ਕਿਉਂ ਨਾ ਕਿ ਬਾਅਦ ਚ ਅਸੀਂ ਜਾਣ ਕੇ ਲੱਗੇ ਆ ਪੰਪ ਬੰਦ ਆ कोई बंदा नहीं थी नजर आया साड़ी तो सवा ਉਲ ਸੁਨਸਾਨ ਹੋਇਆ ਆ ਪਿੰਡ ਦਾ ਰੋਡ ਆ ਪਰ ਕਿ ਵੀ ਕਹਿੰਦਾ ਘਰ ਦਾ ਕਿ ਸੁੱਤੇ ਹੁੰਦੇ ਆ ਤੇ ਅਸੀਂ ਕੀ ਕਰਦੇ ਪਏ ਸੀ ਸੈੜਾ ਕਰਦੇ ਪਏ ਬਾਹਰ ਛਿੱਤਰ ਖਾਣ ਵਾਲੇ ਕੰਮ ਆ ਇਹਨਾਂ ਦੇ ਪਿੰਡ ਦਾ ਰੋਡ ਹੀ ਨੂੰ ਖਾ ਦੇ ਮੇਰਾ ਹੀ ਬਹੁਤ ਆ ਹੇ ਗਾਇਸ ਗਾਇਸ ਅੱਜ ਵਾ 26 ਮਨ ਰੋਜ਼ਾ ਤੇ ਬਲ ਸੁਲੇ ਉੱਪਰ ਤੇ ਗੱਲੀ ਜਾ ਕੇ ਸਾਰੀ ਕਰੀਏ ਤੁਹਾਨੂੰ ਸਾਡੀ ਤੋਂ ਬਾਅਦ ਮੇਲੇ ਨੂੰ ਦਾਣੇ ਦਿਖਾਉਣੇ ਚਾਹੀਦੇ ਗੱਡੀ ਕਰ ਲਈ ਹੁਣ ਇੱਥੇ ਰਸ਼ ਰੁਸ਼ ਲਾਣੀ ਫਿਰ ਉਸ ਤੋਂ ਬਾਅਦ ਆਏਗੀ ਫਿਰ ਸਾਂਦੀ ਨੇ ਜਲਦੀ ਜਲਦੀ ਸੇੜ ਲਾਂਗੇ ਸਾਰਾ ਜਿੰਨਾ ਵੀ ਹੇ ਗਾਇਜ਼ ਗਾਇਜ਼ ਅੱਜ ਤ੍ਰੈਸ਼ਰ ਤਾਂ ਹੇਤ ਕੱਢਣੀ ਆਈ ਅਸੀਂ ਇੱਧਰੋਂ ਕੰਮ ਸ਼ੁਰੂ ਕਰਤਾ ਦੂਸਰੀ ਪੈਲੀ ਵਾਲੇ ਉਹ ਲੱਗਾ ਹੋਇਆ ਵਾ ਜ਼ਿਮੀਦਾਰ ਮਿਸਤਰੀ ਉਹਨੇ ਲਾਇਆ ਮਾਸਕ ਉਹ ਮਾਮੂ ਅਤੇ ਇੱਧਰ ਚਾਚਾ ਸਾਹਿਬ ਸਾਡਾ ਆਪਣਾ ਅਤੇ ਤਨਵੀਰ ਸਾਹਿਬ ਮੌਸਮ ਹੀ ਖਰਾਬ ਹੋ ਹੀ ਗਿਆ ਵਾ ਸੈਂਟਰ ਸੋ ਇੱਧਰ ਮੂੰਹ ਕਰਕੇ ਵੀ ਕਾਕਾ ਟਾਈਮੀ ਰਾਤ ਤੇ ਅਸੀਂ ਜਾਗਦੇ ਪਏ ਸੀ ਬਾਕੀ ਜ਼ਿਆਦਾ ਦਾਣੀ ਦਿੱਤੀ ਹੈ ਨਹੀਂ ਉਹ ਮੁੰਡਾ ਬੈਠਾ ਪੜਦਾ ਪਿਆ ਤੁਹਾਨੂੰ ਅੰਦਰ ਵੀ ਦਿਖਾਉਂਦਾ ਪਿੰਡ ਬੱਚੇ ਵਗੈਰਾ ਬੈਠੇ ਘੁੰਮਦਾ ਗਿਆ ਪਿਆ ਅੱਗੇ ਆ ਜਾ
ਜਿਹੜੀ ਤੂੰ ਬਣਾਈ ਸੀ ਨਾ।